ये थोड़े दिन पहला सेंटर दे विच दाखल सीगा ते हुणे ही आया सीगा ते उहदे ने जिहड़ा इहदी ओवरडोज करके मौत होई आ ਉਹਦੇ ਤੇ ਬਾਹਰ ਤੇ ਜੋੜਾ ਲਿਖਿਆ ਸੀਗਾ ਤੇ ਲਾਗੇ ਦੇ ਜਿਹੜੇ ਰਹਿੰਦੇ ਸੀ ਉਹਨਾਂ ਨੇ ਕਿ ਵਟਸਐਪ ਤੇ ਫੋਟੋ ਭੇਜਿਆ ਹੋਇਆ ਜਿਹੜਾ ਉਹਨੇ ਫਿਰ ਉਹਦੇ ਬੈਡਰੂਮ ਦੱਸਿਆ ਵੀ ਜਦੋਂ ਇਹ ਗੱਲ ਹੋਈ ਹੈ ਫਿਰ ਅਸੀਂ ਆਏ ਇਹ ਵਟਸਐਪ ਜਿਉਂਦਾ ਹੋਊਗਾ। ਇਹਦੇ 'ਚ ਇਹੀ ਆ ਵੀ ਇਹਨਾਂ ਤੋਂ ਜਿਹੜੀ ਚਿੱਟਾ ਇਹ ਪੀ ਕੇ ਇਹਦੀ ਜਿਹੜੀ ਮੌਤ ਹੋਈ ਆ ਅਤੇ ਉਹਦੀ ਸਾਰੀ ਕਾਰਵਾਈ ਕਰਕੇ ਜਿਹੜੀ ਅਮਲ 'ਚ ਲਿਆਂਦੀ ਜਾਵੇ। ਮੈਂ ਤਾਂ ਦੇਖੋ ਜੀ ਜਿੱਦਾਂ ਕਿ ਨਸ਼ੇ ਦੇ ਕਾਰਨ ਜੋ ਹੋਈ ਹੈ ਜੀ ਉਸ ਟਾਈਮ ਵਟਸਐਪ ਤੁਹਾਨੂੰ ਦਿਖਾਈ ਉੱਥੇ ਕੋਈ ਮੈਂ ਦੇਖੋ ਅਸੀਂ ਤਾਂ ਘਰ ਆਖ ਤੋਂ ਕੰਮ ਕਰਦੇ ਸੀਗੇ ਕੋਈ ਤਕਰੀਬਨ ਉੱਥੇ 3 ਵਜੇ 3:30 ਵਜੇ ਘਰੇ ਲਗਾਇਆ ਵਾ ਕੱਲਾ ਹੀ ਆਇਆ ਵਾ ਰਸਤੇ ਪਏ ਕੌਣ ਆ ਰਿਹਾ ਵਾ ਕੌਣ ਨਹੀਂ ਕੋਈ ਪਤਾ ਨਹੀਂ ਉੱਥੇ ਸ਼ਾਇਦ ਹੋ ਸ਼ਾਇਦ ਕੋਈ ਨਾ ਕਿੱਦਾਂ ਕੋਈ ਗਿਆ ਕਿੱਦਾਂ ਨਹੀਂ ਸਾਨੂੰ ਵੀ ਤਕਰੀਬਨ 6:30 ਵਜੇ ਪਤਾ ਲੱਗਦਾ ਕਿਉਂਕਿ ਉਹਦੇ ਬਾਹਰ ਤੇ ਜੋੜਾ ਲਿਖਿਆ ਸੀਗਾ ਅਤੇ ਲਾਗੇ ਦੇ ਜਿਹੜੇ ਰਹਿੰਦੇ ਸੀ ਉਹਨਾਂ ਨੇ ਕਿ ਵਟਸਐਪ 'ਤੇ ਫੋਟੋ ਭੇਜਿਆ ਹੋਇਆ ਜਿਹੜਾ ਉਹਨਾਂ ਨੇ ਫਿਰ ਸਾਡੇ ਪਿੰਡ ਰਾਜਾ 'ਚ ਦੱਸਿਆ ਅਤੇ ਸਾਡੇ ਰਸਤੇ ਦੱਸ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਫਿਰ ਸਾਡੇ ਘਰ ਫੋਨ ਕੀਤਾ ਸਾਡੇ ਸੰਦੀਪ ਸਾਡੇ ਚਾਚੇ ਦਾ ਮੁੰਡਾ ਉਹਨੇ ਫਿਰ ਉਹਦੇ ਬੈਡਰੂਮ ਦੱਸਿਆ ਵੀ ਜਦੋਂ ਇਹ ਗੱਲ ਹੋਈ ਹੈ ਫਿਰ ਅਸੀਂ ਆਏ ਇਹ ਵਟਸਐਪ ਜਿਉਂਦਾ ਹੋਊਗਾ ਇਹਦੇ ਬਾਰੇ ਪਤਾ ਨਹੀਂ ਸਾਨੂੰ ਕਿੱਦਾਂ ਕਰੇ ਅਸੀਂ ਕਾਫੀ ਟਾਈਮ ਬਾਅਦ ਇੱਥੇ ਪਹੁੰਚੇ ਘੰਟੇ 1.5 ਘੰਟੇ ਬਾਅਦ ਮੈਂ ਤਾਂ ਦੇਖੋ ਜੀ ਜਿੱਦਾਂ ਕਿ ਨਸ਼ੇ ਦੇ ਕਾਰਨ ਜੋ ਹੋਈ ਹੈ ਜੀ ਉਸ ਟਾਈਮ ਵਟਸਐਪ ਸਾਨੂੰ ਦਿਖਾਈ ਉੱਥੇ ਕੋਈ ਕਿੰਨੀ ਦੇਰ ਤੋਂ ਨਸ਼ੇ ਦਾ ਆਦੀ ਸੀਗਾ ਕੁਝ ਸਾਲ ਤੋਂ ਦੇ ਹੋਊਗਾ ਵੀ ਜ਼ਿਆਦਾ ਟਾਈਮ ਨਹੀਂ ਹੋਗਾ ਕੁਛ ਦਾ ਰਮਜੇ ਦੀ ਸ਼ਾਦੀ ਹੋਈ ਸੀ ਹਾਂਜੀ ਸ਼ਾਦੀ ਹੋਈ ਕਿੰਨੇ ਬੱਚੇ ਸੀ ਉਹਦੇ ਬੱਚਾ ਕੋਈ ਨਹੀਂ ਹੋਗਾ ਜਾਨੀ ਦੇ ਤੋਂ ਪਹਿਲਾਂ ਸ਼ਾਦੀ ਹੋਈ ਸ਼ਾਦੀ ਅਕਸਰ ਹੋ ਗਈ ਸਾਲ ਹੋ ਗਿਆ ਕਰ ਕੀ ਕਰ ਰਹੀ ਹੈ ਕੰਮ ਖੇਤੀਬਾੜੀ ਕਰਦਾ ਜੀ ਤੇ ਕੱਲ ਸ਼ਾਹਪੁਰ ਸੀਗਾ ਸ਼ਾਹਪੁਰ ਤੋਂ ਆਇਆ ਸੀ ਜਿਹੜੇ ਹਾਂ ਤਾਂ ਦੱਸਣ ਦੇ ਪਤਾ ਲੱਗਾ ਦੱਸ ਸਾਨੂੰ ਪੂਰਾ ਨਹੀਂ ਪਤਾ ਸ਼ਾਹਪੁਰ ਤੋਂ ਹੋ ਗਏ ਕਿੱਦਾਂ ਆਏ ਦਾਦੇ ਤੇ ਸ਼ਾਹਪੁਰ ਤੋਂ ਆਏ ਸ਼ਾਹਪੁਰ ਤੋਂ ਫਿਰ ਪੜੋ ਤੱਕ ਆਇਆ ਰਹੇ ਤਾਂ ਰਸਤੇ ਤੇ ਹੁਣ ਕੀ ਮੰਗ ਕਰਦੇ ਹੋ ਅਸੀਂ ਲੰਗਾ ਸੀ ਵੀ ਕਰਦੇ ਵੀ ਸੁਧਾਰਨ ਕਰਨਾ ਚਾਹੀਦਾ ਸਰਕਾਰ ਨੂੰ ਮਤਲਬ ਨਸ਼ਿਆਂ ਤੇ ਰੋਕ ਲੈਣੀ ਚਾਹੀਦੀ ਆ ਕਿਉਂਕਿ 71 ਸੌ ਮੈਂ ਪਹਿਲਾਂ ਉਹ ਵੀ ਇਸ ਦੁਨੀਆਂ ਤੋਂ ਚਲੇ ਗਿਆ ਉਹਨਾਂ ਨੇ ਪਹਿਲੇ ਕੁਛ ਨਹੀਂ ਰਹਿ ਗਿਆ ਹੋਰ ਪਰਿਵਾਰ 'ਚ ਕਿੰਨੇ ਵੀ ਹੋ ਗਏ ਦੋ ਸਿਸਟਰਾਂ ਵੀ ਦੱਸ ਦੋ ਸਿਸਟਰਾਂ ਦੋ ਭੈਣਾਂ ਭਰਾ ਸੀ ਹਾਂਜੀ ਹਾਂਜੀ ਕੋਈ ਬੱਚਾ ਨਹੀਂ 6 ਸਾਲ ਹੋ ਗਏ ਹੋ ਲਿਆ ਸ਼ਾਦੀ ਹੋ ਲਿਆ ਅਤੇ ਪਰ ਡੈਥ ਹੋ ਗਈ ਮੇਰੀ ਪੁਲਿਸ ਨੇ ਕਾਰਵਾਈ ਕੀਤੀ ਹਾਂਜੀ ਇੱਥੇ ਗਿਆ ਤਾਂ ਸਾਰੇ ਗਿਆ ਸਾਨੂੰ ਪਹਿਲਾਂ ਪਤਾ ਨਹੀਂ ਸੀ ਅਸੀਂ ਤਾਂ ਇਹ ਜਦੋਂ ਪਹੁੰਚੇ ਕਾਫੀ ਟਾਈਮ ਦਾ ਹੈਗਾ ਕੋਈ ਪੁਲਿਸ ਵਿੱਚ ਸਾਰੇ ਮੁਲਾਜ਼ਮ ਖੜੇ ਸੀਗੇ ਸਾਡੇ ਆਏ ਤਾਂ ਫਿਰ ਪੁੱਛਿਆ ਕਿ ਸਰ ਮੈਂ ਤਾਂ ਕੌਣ ਹੈ ਪਤਾ ਕੌਣ ਮੈਂ ਪੁੱਛਿਆ ਤਾਂ ਫਿਰ ਉਹ ਦੁਬਾਰਾ ਨੇ ਬਹੁਤ ਬੜੀ ਬਹਿ ਚੱਕੀ ਸਾਡੇ ਪੁਲਿਸ ਦੀ ਕਾਰਵਾਈ ਤੋਂ ਵੀ ਸੰਤੁਸ਼ਟ ਹੋ ਹਾਂਜੀ ਹਾਂਜੀ ਇੱਕ ਨਾ ਸ਼ਾਹਕੋਟ ਬੂਟੀਆਂ ਪਿੰਡ ਆ ਉੱਥੇ ਦਾ ਮੁੰਡਾ ਸੀ ਰਣਜੋਤ ਸਿੰਘ ਜੋਧਾ ਇਹ ਥੋੜ੍ਹੇ ਦਿਨ ਪਹਿਲਾਂ ਸੈਂਟਰ ਦੇ ਵਿੱਚ ਦਾਖਲ ਸੀਗਾ ਅਤੇ ਹੁਣੇ ਹੀ ਆਇਆ ਸੀਗਾ ਅਤੇ ਉਹਦੇ ਨੇ ਜਿਹੜਾ ਇਹਦੀ ਓਵਰਡੋਜ ਕਰਕੇ ਮੌਤ ਹੋਈ ਆ ਇਹਨਾਂ ਦੇ ਫਾਦਰ ਦੇ ਬਿਆਨਾਂ 'ਤੇ 8 ਬੰਦਿਆਂ ਦੇ ਖਿਲਾਫ ਜਿਹੜੀ ਪਰਚਾ ਦਰਜ ਕੀਤਾ ਗਿਆ ਉਹਨਾਂ 'ਤੇ ਰੇਡ ਕੀਤੇ ਜਾ ਰਿਹਾ ਜਲਦ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ। ਅੱਜ ਕੀ ਲਿਖਾਇਆ ਇਹਦੇ ਫਾਦਰ ਨੇ ਮ੍ਰਿਤਕ ਦੇ ਫਾਦਰ ਨੇ ਕੀ ਇਲਜ਼ਾਮ ਲਗਾਏ? ਇਹਦੇ 'ਚ ਇਹੀ ਆ ਵੀ ਇਹਨਾਂ ਤੋਂ ਜਿਹੜੀ ਚਿੱਟਾ ਇਹ ਪੀ ਕੇ ਇਹਦੀ ਜਿਹੜੀ ਮੌਤ ਹੋਈ ਆ ਅਤੇ ਉਹਦੀ ਸਾਰੀ ਕਾਰਵਾਈ ਕਰਕੇ ਜਿਹੜੀ ਅਮਲ 'ਚ ਲਿਆਂਦੀ ਜਾਵੇ। ਮਤਲਬ ਇਹ ਲੋਕ ਜ਼ਿੰਮੇਵਾਰ ਨੇ ਇਹਨਾਂ ਨੂੰ ਨਸ਼ਾ ਵੇਚਣ ਦੇ ਵਿੱਚ ਜੀ? ਹਾਂ ਜਿਹੜੇ ਵੇਚਣ ਇਹਨਾਂ ਨੂੰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਉਹਨੂੰ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ।